ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਜ਼ੀ ਪੰਜਾਬ ਹਰਿਆਣਾ ਹਿਮਾਚਲ ਮੈਂ ਹਾਂ ਤੁਹਾਡੇ ਨਾਲ ਸ਼ਰਮਿਤ ਚੌਧਰੀ ਅਤੇ ਤੁਹਾਨੂੰ ਪੰਜਾਬ ਕੀ ਬਾਤ ਵਿੱਚ ਤਮਾਮ ਖਬਰਾਂ ਦਾ ਅਪਡੇਟ ਦੇਵਾਂਗੇ ਸ਼ੁਰੂਆਤ ਕਰਦੇ ਹਾਂ ਪੰਜਾਬ ਦੀ ਖਬਰਾਂ ਦੀ ਈਡੀ ਨੇ ਪੰਜਾਬ ਵਿੱਚ ਕਰੋੜਾਂ ਦੇ ਡਰੱਗਸ ਰੈਕਟ ਕੇਸ ਵਿੱਚ ਜਗਜੀਤ ਸਿੰਘ ਚਾਹਲ ਦੀ ਈਡੀ ਦੀ ਸਪੈਸ਼ਲ ਪਟਿਆਲਾ ਕੋਰਟ ਵਿੱਚ ਪੇਸ਼ੀ ਕਰਵਾਈ ਅਤੇ ਪਟਿਆਲਾ ਦੀ ਸਪੈਸ਼ਲ ਕੋਰਟ ਤੋਂ ਜਗਜੀਤ ਸਿੰਘ ਚਾਹਲ ਨੂੰ 2 ਦਿਨ ਦੀ ਰਿਮਾਂਡ 'ਤੇ ਭੇਜਿਆ ਗਿਆ ਮੁਸ਼ਕਲ ਤੋਂ ਬਾਅਦ ਜਗਜੀਤ ਸਿੰਘ ਚਹਿਲ ਨੂੰ ਅੱਜ ਈਡੀ ਨੇ ਗ੍ਰਿਫਤਾਰ ਕੀਤਾ ਅਤੇ ਸਪੈਸ਼ਲ ਕੋਰਟ ਦੇ ਵਿੱਚ ਜੋ ਪੇਸ਼ ਕੀਤਾ ਗਿਆ ਜਗਜੀਤ ਚਹਿਲ ਜੋ ਜਿਸ ਤਰ੍ਹਾਂ ਨਾਲ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕੀ ਕਹਿਣਾ ਤੁਹਾਡਾ ਤੁਹਾਡੇ 'ਤੇ ਆਰੋਪ ਲੱਗਿਆ ਇੰਟਰਨੈਟ 'ਤੇ ਕਹਾਂਗੇ ਟਾਈਮ ਆਉਣ ਦਿਓ ਕੀ ਕੋਈ ਵੱਡਾ ਨਾਮ ਤੁਹਾਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਦੱਸਾਂਗੇ ਟਾਈਮ ਆਊਗਾ ਜਦੋਂ ਡਰੱਗ ਰੈਕਟ ਮਾਮਲੇ 'ਚ ਈਡੀ ਦੇ ਸ਼ਿਕੰਜੇ ਦੇ ਵਿੱਚ ਆਏ ਜਗਜੀਤ ਸਿੰਘ ਚਹਿਲ ਨੇ ਆਪਣੇ ਬਚਾਅ ਦੇ ਵਿੱਚ ਫਿਲਹਾਲ ਕੋਈ ਦਲੀਲ ਨਹੀਂ ਦਿੱਤੀ ਉਹਨਾਂ ਨੇ ਸਹੀ ਸਮਾਂ ਆਉਣ ਦਾ ਇੰਤਜ਼ਾਰ ਕਰਨ ਦੀ ਗੱਲ ਕਹੀ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਜਗਜੀਤ ਸਿੰਘ ਚਹਿਲ ਨੂੰ ਈਡੀ ਲੰਘੇ 1 ਸਾਲ ਦੇ ਦੌਰਾਨ ਤਕਰੀਬਨ 6 ਵਾਰ ਸਮਨ ਭੇਜ ਚੁੱਕੀ ਸੀ ਪਰ ਚਹਿਲ ਨੇ ਪੇਸ਼ ਹੋਣ ਦੀ ਜ਼ਹਿਮਤ ਨਹੀਂ ਚੁੱਕੀ ਜਿਸ ਤੋਂ ਬਾਅਦ ਈਡੀ ਦੇ ਅਫਸਰਾਂ ਨੇ ਉਸਨੂੰ ਮੋਹਾਲੀ ਅਦਾਲਤ ਕੰਪਲੈਕਸ ਤੋਂ ਕਾਬੂ ਕਰ ਲਿਆ ਇਸ ਤੋਂ ਬਾਅਦ ਉਸਨੂੰ ਈਡੀ ਦੀ ਪਟਿਆਲਾ ਸਪੈਸ਼ਲ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਉਸਨੂੰ 2 ਦਿਨ ਦੀ ਰਿਮਾਂਡ ਉੱਤੇ ਭੇਜ ਦਿੱਤਾ ਗਿਆ ਪਹਿਲਵਾਨ ਜਗਦੀਸ਼ ਭੋਲਾ ਨਾਲ ਜੁੜੇ ਡਰੱਗ ਰੈਕਟ ਮਾਮਲੇ 'ਚ ਵੀ ਜਗਜੀਤ ਸਿੰਘ ਚਾਹਲ ਦੀ ਗ੍ਰਿਫਤਾਰੀ ਹੋਈ ਸੀ ਪਰ ਬਾਅਦ ਵਿੱਚ ਉਸਨੂੰ ਅਦਾਲਤ ਤੋਂ ਬੇਲ ਮਿਲ ਗਈ ਸੀ ਹਾਲਾਂਕਿ ਚਾਹਲ ਦਾ ਦਾਅਵਾ ਕਿ ਉਹ ਜਗਦੀਸ਼ ਭੋਲਾ ਨੂੰ ਨਹੀਂ ਜਾਣਦੇ ਅਤੇ ਅੱਜ ਤੱਕ ਉਹਨਾਂ ਦੇ ਨਾਲ ਨਹੀਂ ਮਿਲੇ ਤਾਂ ਕੀ ਲੱਗਦਾ ਕਿ ਜਿਸ ਤਰ੍ਹਾਂ ਨਾਲ ਇੰਟਰਨੈਸ਼ਨਲ ਡਰੱਗਸ ਤਸਕਰੀ ਦੇ ਮਾਮਲੇ ਦੇ ਵਿੱਚ ਤੁਹਾਨੂੰ ਇਨਵੋਲਵ ਕੀਤਾ ਗਿਆ ਜਗਦੀਸ਼ ਭੋਲਾ ਨੂੰ ਤੁਸੀਂ ਪਰਸਨਲੀ ਜਾਣਦੇ ਹੋ ਜ਼ਿੰਦਗੀ 'ਚ ਕਦੀ ਨਹੀਂ ਮਿਲਿਆ ਕੱਲ੍ਹ ਅਰੈਸਟ ਕੀਤਾ ਸੀ ਮੋਹਾਲੀ ਤੋਂ ਉਹਦੀ ਵਾਇਲੇਸ਼ਨ ਆਫ ਸੈਕਸ਼ਨ 3 ਆਫ ਪੀਐਮਐਲਏ ਅੱਜ ਪੇਸ਼ ਕੀਤਾ ਇਹਨਾਂ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅਦਾਲਤ ਤੋਂ 7 ਦਿਨ ਦੀ ਰਿਮਾਂਡ ਮੰਗੀ ਸੀ ਪਰ ਅਦਾਲਤ ਨੇ ਚਾਹਲ ਨੂੰ ਸਿਰਫ 2 ਦਿਨ ਦੀ ਰਿਮਾਂਡ ਉੱਤੇ ਭੇਜਿਆ ਹੈ ਜਗਜੀਤ ਚਾਹਲ ਨੂੰ ਅੱਜ ਕੱਲ 15/5/2017 ਨੂੰ ਮੋਹਾਲੀ ਕੋਰਟ ਤੋਂ ਅਰੈਸਟ ਕੀਤਾ ਸੀ ਅੱਜ ਇਹਨੂੰ ਅਕੋਰਡਿੰਗ ਟੂ ਲਾਅ ਅੱਜ ਪੇਸ਼ ਕੀਤਾ ਕੋਰਟ 'ਚ ਕੋਰਟ 'ਚ ਪੇਸ਼ ਕਰਨ ਦਾ ਸੀ 7 ਡੇਜ਼ ਦਾ ਪੁਲਿਸ ਰਿਮਾਂਡ ਸੌਟ ਕੀਤਾ ਬਟ ਕੋਰਟ ਹੈਜ਼ ਗ੍ਰਾਂਟਡ ਅਪ ਟੂ 18 2 ਡੇ ਪੁਲਿਸ ਰਿਮਾਂਡ ਅਪ ਟੂ 19 ਪ੍ਰੋਡਿਊਸ ਬਾਏ ਦਿਸ ਕੋਰਟ ਐਟ 4 PM ਔਨ 18 ਦੱਸਿਆ ਜਾ ਰਿਹਾ ਕਿ ਡਰੱਗ ਰੈਕਟ ਮਾਮਲੇ 'ਚ ਜਗਜੀਤ ਸਿੰਘ ਚਾਹਲ ਦੀ ਕਰੋੜਾਂ ਰੁਪਏ ਦੀ ਪ੍ਰਾਪਰਟੀ ਨੂੰ ਈਡੀ ਅਟੈਚ ਕਰ ਚੁੱਕੀ ਹੈ ਚਾਹਲ ਨੂੰ ਬਿੱਟੂ ਔਲਖ ਦਾ ਕਰੀਬੀ ਸਾਥੀ ਮੰਨਿਆ ਜਾਂਦਾ ਹੈ ਤਾਂ ਇਹ ਨੇ ਜਗਜੀਤ ਸਿੰਘ ਚਹਿਲ ਜੋ ਕਿ ਕਹਿੰਦੇ ਨੇ ਕਿ ਅੱਜ ਤੱਕ ਜਗਦੀਸ਼ ਭੋਲਾ ਨੂੰ ਇਹ ਨਹੀਂ ਮਿਲਿਆ ਅਤੇ ਅੱਜ ਇਹਨਾਂ ਨੂੰ ਸਪੈਸ਼ਲ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਕੈਮਰਾਮੈਨ ਅਸ਼ਵਿੰਦਰ ਅਰਵਿੰਦਰ ਸਿੰਘ ਜ਼ੀ ਮੀਡੀਆ ਪਟਿਆਲਾ